ਗਲੀ ਦੇ ਵਿੱਚ ਬੱਚਿਆਂ ਦੇ ਖੇਡਣ ਨੂੰ ਲੈ ਕੇ ਦੋ ਗਵਾਂਢੀ ਆਮੋ ਸਾਹਮਣੇ ਹੋਏ ਨੇ ਤੇ ਇੱਕ ਦੂਜੇ ਦੇ ਉੱਤੇ ਲਾਠੀ ਡੰਡਿਆਂ ਦੇ ਨਾਲ ਹਮਲਾ ਕਰ ਦਿੱਤਾ, ਜਿਸ ਦੇ ਕਾਰਨ ਕਈ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ। ਹਾਲਾਂਕਿ ਇਸ ਲੜਾਈ ਦੀਆਂ ਤਸਵੀਰਾਂ ਵੀ ਹੁਣ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਨੇ, ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਗਲੀ ਦੇ ਵਿੱਚ ਲੋਕਾਂ ਦਾ ਇਕੱਠ ਹੈ। ਹਾਲਾਂਕਿ ਇਸ ਦੌਰਾਨ ਕਿਹਾ ਜਾ ਰਿਹਾ ਹੈ ਕਿ ਇੱਕ ਗੁਆਂਢੀ ਨੇ ਆਪਣੇ ਨਾਲ ਕਈ ਬਦਮਾਸ਼ਾਂ ਨੂੰ ਬੁਲਾਇਆ ਅਤੇ ਦੂਸਰੇ ਦੇ ਉੱਤੇ ਹਮਲਾ ਕਰ ਦਿੱਤਾ, ਜਿਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਕਈ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ, ਕਈਆਂ ਦੇ ਸਿਰ ਖੁੱਲ੍ਹੇ ਨੇ, ਉਹਨਾਂ ਨੂੰ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਤਾਂ ਮਾਮੂਲੀ ਗੱਲ ਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ ਇਹ ਬਹਿਸ ਹੁੰਦੀ ਹੈ, ਗਲੀ ਦੇ ਵਿੱਚ ਬੱਚੇ ਖੇਡ ਰਹੇ ਹੁੰਦੇ ਹੈ, ਬੱਚਿਆਂ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਕਹਾ ਸੁਣੀ ਹੋ ਜਾਂਦੀ ਹੈ ਅਤੇ ਉਸ ਤੋਂ ਬਾਅਦ ਦੇ ਵਿੱਚ ਗੱਲ ਇੱਥੋਂ ਤੱਕ ਪਹੁੰਚ ਜਾਂਦੀ ਹੈ ਕਿ ਇੱਕ ਦੂਜੇ ਦੇ ਉੱਤੇ ਲਾਠੀ ਡੰਡਿਆਂ ਦੇ ਨਾਲ ਹਮਲਾ ਕਰ ਦਿੱਤਾ ਜਾਂਦਾ ਹੈ। ਤਾਂ ਇਹ ਤਸਵੀਰਾਂ ਜੋ ਸਾਹਮਣੇ ਆਈਆਂ ਨੇ ਖੁਦ ਬਿਆਨ ਕਰ ਰਹੀਆਂ ਨੇ ਕਿ ਜੋ ਝੜਪ ਸੀ ਇੱਥੇ ਕਿੰਨੀ ਭਿਆਨਕ ਤਰੀਕੇ ਨਾਲ ਹੋਈ ਹੋਵੇਗੀ। ਦੂਜੇ ਪਾਸੇ ਹੁਣ ਇੱਕ ਦੂਜੇ ਦੇ ਉੱਪਰ ਇਲਜ਼ਾਮ ਜੋ ਨੇ ਦੋਵਾਂ ਧਿਰਾਂ ਦੇ ਵੱਲੋਂ ਲਗਾਏ ਜਾ ਰਹੇ ਨੇ। ਫਿਲਹਾਲ ਮੌਕੇ 'ਤੇ ਪੁਲਿਸ ਪਹੁੰਚੀ ਹੋਈ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਲੋਕ ਅਕੇਲੇ ਥੇ, ਸਭ ਚਲੇ ਗਏ ਥੇ ਨਮਾਜ਼ ਪੜ੍ਹਨੇ ਕੇ ਲੀਏ, ਹਮੇਂ ਨਹੀਂ ਪਤਾ ਥਾ ਕਿ ਐਸਾ ਯੇ ਲੋਕ ਹਮਾਰੇ ਸਾਥ ਕਰੇਂਗੇ, ਜੋ ਹਮਾਰੇ ਪੜੋਸੀ ਹੈ। ਹਮ ਗੁਲਾਬੀ ਬਾਗ ਸੇ, ਹਾਂਜੀ ਹਾਂਜੀ। ਕਾਰਨ ਕੁਛ ਨਹੀਂ ਥਾ, ਬੱਚੇ ਹਮਾਰੇ ਖੇਲਤੇ ਹੈ, ਇਸੀ ਵਜ੍ਹਾ ਸੇ ਇਨਕੋ ਚਿੜ ਹੈ। ਨਹੀਂ ਪਹਿਲੇ ਵੀ ਐਸਾ ਹੁਆ, ਲੇਕਿਨ ਕਿ ਇਤਨਾ ਐਸਾ ਕਭੀ ਨਹੀਂ ਹੁਆ ਹੈ। ਹਾਂ ਆਜ ਤੋ ਬੱਚਾ ਮੇਰਾ ਖੇਲਾ ਵੀ ਨਹੀਂ ਥਾ, ਉਹ ਤਾਂ ਰੋਜੇ ਸੇ ਹੈ, ਹਮਾਰੇ ਬੱਚੇ ਰੋਜੇ ਸੇ ਹੈ। ਮੇਰਾ 14 ਸਾਲ ਕਾ 15 ਸਾਲ ਕਾ ਬੱਚਾ ਹੈ, ਉਨਕਾ ਤੋ ਕਮ ਸੇ ਕਮ 25-30 ਸਾਲ ਕਾ ਲੜਕਾ ਹੋਗਾ ਵੋ, ਜੋ ਹਾਂ ਵੋ ਮੇਰੇ ਉੱਪਰ ਚੜ ਗਿਆ, ਤੋ ਮੇਰੇ ਬੇਟਾ ਕੋ ਬਰਦਾਸ਼ਤ ਨਹੀਂ ਹੁਆ। ਵੋ ਉਨਕਾ ਬੇਟਾ ਜੋ ਸੈਫ ਅਲੀ, ਕਿਉਂ, ਰੀਜ਼ਨ ਕਿਆ ਥਾ, ਵਜ੍ਹਾ ਕਿਆ ਥੀ? ਵੋ ਕਹਿ ਰਹਾ ਥਾ ਮੈਂ ਖੇਲਨੇ ਨਹੀਂ ਦੂੰਗਾ, ਮੈਨੇ ਕਹਾ ਮੈਂ ਖੁਦ ਨਹੀਂ ਚਾਹਤੀ ਹੂੰ ਕਿ ਮੇਰੇ ਬੱਚੇ ਯਹਾਂ ਪੇ ਖੇਲੇ, ਲੇਕਿਨ ਫਿਰ ਵੀ ਵੋ ਬੋਲੇ ਜਾ ਰਹਾ। ਫਿਰ ਉਸਕੇ ਬਾਅਦ ਸ਼ਾਂਤ ਹੋ ਗਿਆ, ਹਮ ਆਪਣੇ ਘਰ ਮੈਂ ਆ ਗਏ, ਮੈਂ ਆਪਣੇ ਬੱਚੇ ਕੋ ਲੈ ਕੇ ਘਰ ਮੈਂ ਆ ਗਈ, ਲੇਕਿਨ 7-8 ਜਣੇ ਆ ਕੇ ਗੇਟ ਕੋ ਐਸੇ ਪੀਟੇ ਔਰ ਗਾਲੀ ਇਤਨੀ ਗੰਦੀ, ਬਹਿਨ ਚੋਦ ਬਹਿਨ ਕਿਲੋੜੀ ਨੀਚੇ ਆ, ਐਸੀ ਗੰਦੀ ਗਾਲੀਆਂ ਦੇ ਕੇ ਨੀਚੇ ਉਤਾਰਨੇ ਕੇ ਲਈ ਬੋਲ ਰਹੇ ਥੇ, ਔਰ ਜੈਸੇ ਮੈਂ ਨੀਚੇ ਗਈ ਗੇਟ ਤੋੜ ਦਿਆ, ਗੇਟ ਕੋ ਐਸੇ ਤੋੜਾ, ਗੇਟ ਖੁੱਲ ਗਿਆ, ਮੈਨੇ ਕਿਸੇ ਤਰ੍ਹਾਂ ਗੇਟ ਬੰਦ ਕਰਿਆ, ਲੇਕਿਨ ਫਿਰ ਵੀ ਮੁਝੇ ਨੋਚਨੇ ਕੀ ਕੋਸ਼ਿਸ਼ ਕਰੀ ਉਸਨੇ, ਹਾਂ ਗਾੜੀ ਕੋ ਤੋੜ ਦਿਆ ਪੂਰਾ, ਹਾਂ ਮੇਰੇ ਉੱਪਰ ਹਮਲਾ ਕੀਆ ਉਸਨੇ, ਹਮਾਰੇ ਤੋ ਸਾਰੀ ਲੇਡੀਜ਼ ਉੱਪਰ ਥੀ, ਮੈਂ ਨੀਚੇ ਥੀ, ਵੋ 7-8 ਜਣੇ ਥੇ, ਮੈਨੇ 7-8 ਕੋ ਦੇਖਾ, ਲੇਕਿਨ ਥੇ ਬਹੁਤ ਜਣੇ, ਬਸ ਹਮਾਰੇ ਕੋ ਇਨਸਾਫ ਚਾਹੀਏ, ਮੇਰੇ ਘਰ ਵਾਲਾ ਕੋ ਮਾਰਾ, ਮੇਰੇ ਦੇਵਰ ਕੋ ਮਾਰਾ, ਮੇਰੇ ਕੋ ਬਸ ਵੋ ਚਾਹੀਏ ਕਿ ਦੇਵਰ ਕੀ ਬਹੁਤ ਗੰਭੀਰ ਹਾਲਤ ਹੈ, ਉਸਕੇ ਤੋ ਸਿਰ ਫਾੜ ਦਿਆ, ਹਾਥ ਮੈਂ ਇਤਨੇ ਸਾਰੇ ਟਾਕੇ ਲਗੇ ਹੋਏ ਹੈ, ਬਹੁਤ। ਕਲੀਮ ਖਾਨ ਹੈ, ਕਿਸ ਜਗ੍ਹਾ ਸੇ ਆਏ ਹੋ? ਟਿੱਬਾ ਰੋਡ ਗੁਲਾਬੀ ਬਾਗ। ਆਜ ਕਿਆ ਹੁਆ ਆਪਕੇ ਸਾਥ? ਆਜ ਜੋ ਹੈ ਨਾ ਸ਼ਾਮ ਕੋ ਜੋ ਹੈ ਨਾ ਪੜੋਸ ਮੈਂ ਜੋ ਹੈ ਨਾ ਉਨਕੇ ਹਮਾਰੇ ਪੜੋਸੀ ਹੈ ਉਨਕੇ ਇਧਰ ਸੇ ਜੋ ਹੈ ਨਾ ਉਨਕਾ ਲੜਕਾ ਵਗੈਰਾ ਜੋ ਹੈ ਨਾ ਹਮ ਨਮਾਜ਼ ਪੜ੍ਹਨੇ ਗਏ ਮਸਜਿਦ ਮੈਂ ਔਰ ਮਸਜਿਦ ਸੇ ਹਮ ਜੈਸੇ ਬਾਹਰ ਨਿਕਲੇ ਤਾਂ ਹਮਾਰੇ ਗੇਟ ਮੈਂ 20-25 ਲੜਕੇ ਜੋ ਹੈ ਹਥਿਆਰ ਧਾਰਦਾਰ ਹਥਿਆਰ ਲੈ ਕਰਕੇ ਔਰ ਗੇਟ ਕੋ ਤੋੜ ਰਹੇ ਥੇ ਔਰ ਉਸਕੋ ਜੋ ਹੈ ਨਾ ਗੇਟ ਕੋ ਤੋੜ ਰਹੇ ਥੇ ਹਮਨੇ ਦੇਖਾ ਵਹਾਂ ਪਰ ਔਰ ਵੀ 500 ਕਰੀਬ ਆਦਮੀ 200-300 ਆਦਮੀ ਜੋ ਵੀ ਮਸਜਿਦ ਸੇ ਨਿਕਲੇ ਉਹ ਸਾਰੇ ਦੇਖੇ ਕਿ ਭਾਈ ਐਸੇ ਕਿਉਂ ਕਰ ਰਹੇ ਹੈਗੇ ਤਾਂ ਹਮਾਰੇ ਕੋ ਸਾਰੇ ਨੇ ਬੋਲਾ ਤੁਮ ਮਰ ਜਾਓ ਨਹੀਂ ਤੋ ਮਾਰ ਦੇਂਗੇ ਇਹ ਲੋਕ ਤੋ ਮੈਂ 20 ਮਿੰਟ ਰੁਕ ਗਿਆ ਔਰ ਸਾਬਿਰ ਭਾਈ ਕੋ ਫੋਨ ਕਿਹਾ ਕਿ ਐਸੇ ਕੀ ਬਾਤ ਹੈ ਮੇਰੇ ਘਰ ਪਰ 25 ਆਦਮੀ ਹਮਲਾ ਕਰ ਦਿਆ ਉਹਨੇ ਬੋਲਿਆ ਕਿ ਪਹਿਲੇ ਤੁਮ 112 ਪੇ ਕਾਲ ਕਰੋ ਮੈਨੇ 112 ਪੇ ਉਸੀ ਟਾਈਮ ਕਾਲ ਕੀਆ ਸਮਝੇ ਪੁਲਿਸ ਨੇ ਫੋਨ ਕਿਹਾ ਬੋਲਾ ਹਮ ਆ ਰਹੇ ਹੈ ਜੀ ਹਮਨੇ 20 ਮਿੰਟ ਹੋ ਗਿਆ ਇਸ ਬਾਤ ਕੋ ਹਮਨੇ ਸੋਚਾ ਆਪ ਗੁੱਸੇ ਸ਼ਾਂਤ ਹੋ ਗਿਆ ਉਨਕੇ ਜੋ ਹੈ ਨਾ ਮੈਂ ਜਾ ਕਰਕੇ ਘਰ ਪੇ ਦੇਖਤਾ ਹੂੰ ਹਮਾਰੇ ਕਿਉਂਕਿ ਔਰਤੋਂ ਕੋ ਗਾਲੀ ਗਲੋਜ਼ ਔਰ ਗੇਟ ਤੋੜ ਦੀਏ ਥੇ ਤੋ ਹਮਨੇ ਜੋ ਹੈ ਨਾ ਉਸ ਹਿਸਾਬ ਸੇ ਜੋ ਹੈ ਨਾ ਗੇਟ ਤੋੜ ਕਰਕੇ ਉਹ ਲਗਾ ਅੰਦਰ ਮੈਨੇ ਸੋਚਾ ਕਹੀਂ ਹਮਾਰੇ ਬੱਚੋਂ ਕੋ ਚੋਟ ਨਾ ਲਗਾ ਮੈਂ ਵਹਾਂ ਸੇ ਆਰਾਮ ਸੇ ਮੈਂ ਘਰ ਕੇ ਤਰਫ ਗਏ ਜੈਸੇ ਹੀ ਘਰ ਕੇ ਗੇਟ ਪੇ ਗਿਆ 20 ਆਦਮੀ 15-20 ਆਦਮੀ ਲਾਤ ਘੁਸੇ ਹਥਿਆਰ ਸੇ ਉਹ ਮੁਝੇ ਮਾਰਨਾ ਸ਼ੁਰੂ ਕਰ ਦਿਆ ਤੋ ਮੁਝੇ ਹਥਿਆਰ ਨਹੀਂ ਲਗਾ ਮੇਰਾ ਛੋਟਾ ਭਾਈ ਜਬ ਉਹ ਦੇਖਾ ਕਿ ਉਹ ਹਥਿਆਰ ਮਾਰ ਰਹੇ ਉਹ ਤੋ ਹਮਾਰਾ ਭਾਈ ਉਹ ਮੇਰੇ ਉੱਪਰ ਆ ਗਿਆ ਮੇਰੇ ਉੱਪਰ ਜੈਸੇ ਹੀ ਆਇਆ ਉਨਕੋ ਸਿਰ ਫਟ ਗਿਆ ਪੂਰਾ ਗੱਡਾ ਹੋ ਗਿਆ ਉਨਕਾ ਹੱਥ ਕੱਟ ਗਿਆ ਪੂਰਾ ਗੱਡਾ ਹੋ ਗਿਆ ਪੂਰਾ ਜੋ ਉਹਨੇ ਹਥਿਆਰ ਸੇ ਲੈਸ ਪੂਰਾ ਉਸਕਾ ਹੱਥ ਲੜਾਈ ਕੀ ਵਜ੍ਹਾ ਇਹ ਥੀ ਕਿ ਬੱਚੇ ਗਲੀ ਮੈਂ ਹੈ ਨਾ ਬੱਚੇ ਖੇਲਤੇ ਹੈ ਨਾ ਤੋ ਉਹ ਬੋਲੇ ਕਿ ਹਮਾਰੇ ਯਹਾਂ ਪੇ ਬੱਚੇ ਤੁਮਾਰੇ ਬੱਚੇ ਖੇਲਤੇ ਹੈ ਹਮ ਯਹਾਂ ਪੇ ਖੇਲਨੇ ਨਹੀਂ ਦੇਂਗੇ ਕਿਨੋਨੇ ਬੋਲਾ ਉਹਨੇ ਪੜੋਸੀ ਨੇ ਨਾਮ ਕਿਆ ਉਨਕਾ ਹਾਜੀ ਸਹਿਜਾਦ ਉਨਕਾ ਲੜਕਾ ਹੈ ਸੈਫ ਅਲੀ ਖਾਨ ਹਮ ਲੋਕ ਪੜੋਸ ਮੈਂ ਲਗਭਗ 10-12 ਸਾਲ 12-13 ਸਾਲ ਸੇ ਰਹਿ ਰਹੇ ਹਾਂਜੀ ਉਨਕਾ ਵੀ ਆਪਣਾ ਮਕਾਨ ਵੋ ਹੋਜਰੀ ਕਾ ਕਾਮ ਕਰਤੇ ਔਰ ਮੀਟ ਕਾ ਕਾਮ ਹੈ ਉਨਕਾ ਮੀਟ ਕਾ ਕਾਮ
लगभग 25 से 30 आदमी थे। वो सारे उसी गली में रहते हैं या नहीं? जी बाहर से आए हुए थे और बंदे, वो उनके जो है ना खुद के थे, हथियार थे उनके पास। ये तो मैं पूरी तरह, लेकिन हथियार लोहे के थे गड्ढा से, जो जिससे मेरे भाई को लगा है। मैं तो अचानक से जो मैं वहाँ खड़ा हुआ, मुझे इतनी जोर की किक मारी, मैं वहाँ गिरा। उसके ऊपर 20 आदमी था मेरे ऊपर। क्या नाम क्या उनके जिन्होंने मारा? जिन्होंने मारा सैफ अली खान, सैफ कुरैशी, शहबाज कुरैशी और परवेज कुरैशी और तबरेज कुरैशी। हाँ जी, उनके जो है ना वो पर, उनके चाचा था जो। हाँ जी, इससे पहले भी उनसे कभी कोई नहीं? जी आज तक नहीं हुआ। आप क्या काम करते हैं? मेरा जीप का काम है। जीप हुआ। एक शाहरुख मलिक भी है। चोट आई है, वो क्या काम करते हैं? जी वो हमारे साथ छोटे दुकान पे रहता, वो भाई है मेरा छोटा। कितने लोगों की चोट आई है, कितने जनों को मारा आपके? एक मुझे लगा, एक छोटे भाई को लगा, एक बीच वाले भाई को लगा और मेरे वाइफ को लगा। रहमत खान है उनका। आपने पुलिस को इन्फॉर्मेशन किया? जी जी, पुलिस को मैंने कर रखा। क्या मांग करते हो आप? हमें इंसाफ चाहिए। ठीक है।